ਸੰਤ ਬਖਸ਼ਣ ਜੋਗਾ ਜੀ ਬਖਸ਼ ਲੈਣਾ। ਸੋ ਆਓ ਗੁਰੂ ਸਵਾਰਿਓ, ਜੋ ਇਸ ਮਹੀਨੇ ਦਾ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਕਿਉਂਕਿ ਅੱਜ ਹਾੜ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਆ, ਅਤੇ ਸਾਡੇ ਸਾਰੇ ਦਿਹਾੜੇ ਜਿਹੜੇ ਆ ਗੁਰੂ ਦੇ ਸ਼ਬਦ ਦੇ ਆਸਰੇ ਹੁੰਦੇ ਆ। ਅਸੀਂ ਜਿਹੜਾ ਵੀ, ਕਿਉਂਕਿ ਸਾਡੇ ਵਾਸਤੇ ਮਹਾਂ ਦਿਵਸ ਮਹੂਰਤ ਭਲੇ, ਸਾਰੇ ਮਹੀਨੇ ਦਿਨ ਅਤੇ ਸਮੇਂ ਵੇਲੇ ਮਹੂਰਤ ਇਹ ਸਾਰੇ ਭਲੇ ਨੇ, ਅਤੇ ਉਹਨਾਂ ਵਾਸਤੇ ਭਲੇ ਆ ਜਿਨ੍ਹਾਂ ਉੱਤੇ ਮੇਰੇ ਮਾਲਕ ਦੀ ਨਜ਼ਰ ਹੁੰਦੀ ਹੈ, ਕਿਰਪਾ ਹੁੰਦੀ ਹੈ। ਸੋ ਇਸ ਵਾਸਤੇ ਸਾਡੇ ਵਾਸਤੇ ਸਾਰੇ ਦਿਨ ਮੁਬਾਰਕ ਜਿਹੜੇ ਗੁਰੂ ਦੀ ਯਾਦ ਵਿੱਚ ਜੁੜਿਆ ਬਤੀਤ ਹੁੰਦੇ ਹੋਣ। ਸੋ ਇਸੇ ਹੀ ਚੀਜ਼ ਨੂੰ ਸਾਡੇ ਜੀਵਨ ਵਿੱਚ ਪੱਕਿਆਂ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ ਘੜੀਆਂ ਪਲਾਂ ਦੀ ਗੱਲ ਕੀਤੀ ਹੈ, ਉਹਨਾਂ ਨੂੰ ਸਵਾਰਿਆ ਆ, ਉੱਥੇ ਵਾਰਾਂ ਦੇ ਲਿਹਾਜ਼ ਦੇ ਨਾਲ ਵੀ ਬਾਣੀ ਸਾਡੇ ਬਖਸ਼ਿਸ਼ ਕੀਤੀ ਹੈ, ਕਿਹੜੇ ਵਾਰ ਭਗਤੀ ਸ਼ੁਰੂ ਕਰਨੀ ਚਾਹੀਦੀ ਹੈ, ਕਿਉਂਕਿ ਸਿੱਖ ਧਰਮ ਦੇ ਵਿੱਚ ਐਤਵਾਰ ਨੂੰ ਥੋੜ੍ਹੀ ਜਿਹੀ ਵੱਧ ਪ੍ਰਮੁੱਖਤਾ ਦਿੱਤੀ ਜਾਂਦੀ ਹੈ, ਕਿਉਂਕਿ ਗੁਰਬਾਣੀ 'ਚ ਲਿਖਿਆ ਹੋਇਆ ਆ ਆਦਤ ਆਦਿਤ ਕਰੈ ਭਾਵ ਆਦਿਤ ਤੋਂ ਭਾਵ ਹੁੰਦਾ ਐਤਵਾਰ, ਭਗਤ ਆਰੰਭ ਭਗਤੀ ਆਰੰਭ ਕਰਨੀ ਆ, ਤਾਂ ਇਸ ਦਿਨ ਤੋਂ ਲੈ ਕੇ ਤੇਰਾ ਅਗਲਾ ਸਾਰਾ ਹੀ ਹਫ਼ਤਾ ਬਿਲਕੁਲੋਂ ਬੁੱਕ ਕੀਤਾ ਸਤਿਗੁਰੂ ਪਾਤਸ਼ਾਹ ਜੀ ਨੇ ਕਿ ਇਸ ਦਿਨ ਆਹ ਗੁਣ ਘੱਟੋ ਘੱਟ ਧਾਰਨ ਕਰਨ ਦਾ ਯਤਨ ਕਰ, ਇਸ ਦਿਨ ਆਹ ਗੁਣ ਤੇਰੇ ਵਿੱਚ ਹੋਣਾ ਚਾਹੀਦਾ। ਭਾਵ ਜੇ ਪੂਰਾ ਹਫ਼ਤਾ ਸਫਲ ਕੀਤਾ, ਫਿਰ ਮਹੀਨੇ ਸਫਲ ਕੀਤੇ ਆ, ਮਹੀਨਿਆਂ ਦੇ ਕਰਦਿਆਂ ਕਰਦਿਆਂ ਵਰੇ ਵਰੇ ਕਰਦਿਆਂ ਕਰਦਿਆਂ ਉਮਰ ਹੀ ਸਫਲੀ ਕਰ ਦਿੱਤੀ ਸਤਿਗੁਰੂ ਪਾਤਸ਼ਾਹ ਜੀ। ਸੋ ਗੁਰਦੇਵ ਬਖਸ਼ਿਸ਼ ਕਰਦੇ ਨੇ ਅੱਜ ਦੇ ਇਸ ਉਪਦੇਸ਼ ਦੇ ਦੁਆਰਾ। ਆਸਾੜ ਤਪੰਦਾ ਤਿਸ ਲੱਗੈ ਹਰ ਨਾਹ ਨਾ ਜਿੰਨਾ ਪਾਸ, ਕਿਉਂਕਿ ਹਾੜ ਦਾ ਮਹੀਨਾ ਬੜੀ ਤਪਸ਼ ਵਾਲਾ ਹੁੰਦਾ ਹੈ, ਆਪਾਂ ਜਾਣਦੇ ਹਾਂ ਕਿੰਨੀ ਗਰਮੀ ਪੈ ਰਹੀ ਆ, ਕਿਸੇ ਪੱਖਿਆਂ ਤੋਂ ਬਗੈਰ ਗੱਲ ਨਹੀਂ ਬਣਦੀ, ਇਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਵੀ ਹਾੜ ਬਣ ਜਾਂਦਾ। ਜਦੋਂ ਸਾਡਾ ਮਨ ਹਾੜ ਦੇ ਮਹੀਨੇ ਵਾਂਗ ਤਪਦਾ, ਇਹ ਹਾੜ ਜਿਹੜਾ ਬਾਹਰਲਾ, ਇਹ ਜਦੋਂ ਇਹਦਾ 15 ਦਿਨ ਲੰਘ ਜਾਂਦੇ ਆ, ਅਗਲੇ ਮਹੀਨੇ ਦਾ ਪੱਖ ਲੱਗ ਜਾਂਦਾ, ਰੁੱਤ ਬਦਲਣੀ ਸ਼ੁਰੂ ਹੋ ਜਾਂਦੀ, ਇਹਦੀ ਤਪਸ਼ ਤਾਂ ਘੱਟ ਜਾਂਦੀ ਹੈ, ਪਰ ਜਿਹੜਾ ਸਾਡੇ ਜੀਵਨ ਸਾਡੇ ਮਨ ਦਾ ਹਾੜ ਬਣਿਆ ਹੋਇਆ ਹੁੰਦਾ ਹੈ ਨਾ, ਉਹਦੇ ਕਦੇ ਕੋਈ ਦੂਸਰਾ ਪੱਖ ਨਹੀਂ ਆਉਂਦਾ। ਜਿੰਨਾ ਚਿਰ ਸਾਡਾ ਖਸਮ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਡੇ ਨੇੜੇ ਨਹੀਂ ਆਉਂਦਾ, ਜਾਂ ਅਸੀਂ ਉਹਦੇ ਨੇੜੇ ਨਹੀਂ ਜਾਂਦੇ, ਉਨਾ ਚਿਰ ਸਾਡੇ ਜੀਵਨ ਰੂਪੀ ਹਾੜ ਨੇ ਤਪਦੇ ਹੀ ਰਹਿਣਾ। ਇਕੱਲੇ ਇਸ ਹਾੜ ਦੀ ਗੱਲ ਨਹੀਂ ਕੀਤੀ, ਸਾਡੇ ਜੀਵਨ ਦੇ ਵਿੱਚ ਪਲ ਪਲ ਹਾੜ ਬਣਿਆ ਰਹਿੰਦਾ ਜਦੋਂ ਅਸੀਂ ਪਰਮਾਤਮਾ ਦੇ ਉਪਦੇਸ਼ ਤੋਂ ਦੂਰ ਹੁੰਦੇ ਹਾਂ। ਸੋ ਕਹਿੰਦੇ ਨੇ ਕਿ ਘੱਟੋ ਘੱਟ ਇਸ ਮਹੀਨੇ ਤੋਂ ਇਹ ਸਿਹਤ ਲੈ ਕੇ ਚੱਲੋ ਕਿ ਜਿਵੇਂ ਹਾੜ ਦੇ ਮਹੀਨੇ ਵਿੱਚ ਤਪਸ਼ ਸਤਾਉਂਦੀ ਹੈ ਅਤੇ ਰਾਹਤ ਮਿਲਦੀ ਹੈ ਜਦੋਂ ਕਿਤੇ ਅਸੀਂ ਪਾਣੀ ਦੇ ਨੇੜੇ ਹੁੰਦੇ ਹਾਂ ਜਾਂ ਛਾਵੇਂ ਹੁੰਦੇ ਹਾਂ ਜਾਂ ਕਿਸੇ ਵੀ ਤਰੀਕੇ ਦੇ ਨਾਲ ਗਰਮੀ ਨੂੰ ਦੂਰ ਕਰਨ ਵਾਲੇ ਵਸੀਲੇ ਦੇ ਨੇੜੇ ਹੁੰਦੇ ਹਾਂ। ਇਸੇ ਤਰ੍ਹਾਂ ਜੇ ਤੇਰੇ ਅੰਦਰ ਵੀ ਹਾੜ ਤੈਨੂੰ ਤਪਦਾ ਮਹਿਸੂਸ ਹੋ ਰਿਹਾ ਆ, ਤਾਂ ਫਿਰ ਤੂੰ ਖਸਮ ਦੇ ਨੇੜੇ ਲੱਗਣ ਦਾ ਯਤਨ ਕਰ, ਕਿਉਂਕਿ ਇੱਥੇ ਹਮੇਸ਼ਾ ਹੀ ਠੰਡ ਵਰਤਦੀ ਹੈ। ਜਿਹੜੀ ਇੱਥੇ ਠੰਡ ਵਰਤਦੀ ਹੈ ਨਾ, ਉਸ ਠੰਡ ਨੂੰ ਨਾ ਤਾਂ ਤੈਨੂੰ ਚੰਦਨ ਦੇ ਸਕਦਾ, ਨਾ ਚੰਦਰਮਾ ਦੇ ਸਕਦਾ, ਨਾ ਸਰਦੀ ਦੀ ਰੁੱਤ ਦੇ ਸਕਦੀ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ। ਤੇਰੇ ਅੰਦਰ ਦਾ ਹੁਮਸ, ਤੇਰੇ ਅੰਦਰ ਦਾ ਘੁੰਮਾ, ਤੇਰੇ ਅੰਦਰ ਦੀ ਤਪਸ਼, ਇਹ ਚੰਦਨ ਨੇ ਚੰਦ ਨੇ ਸਰਦੀ ਦੇ ਰੁੱਤ ਨੇ ਦੂਰ ਨਹੀਂ ਕਰਨੀ, ਬੈਠਾ ਰਹੋ ਏਸੀ ਲਾ ਕੇ, ਪਰ ਜੇ ਤੇਰਾ ਹਿਰਦਾ ਹੀ ਤਪਿਆ ਹੋਇਆ ਤਾਂ ਕਿਵੇਂ ਠੰਡਾ ਹੋਵੇਗਾ ਭਾਈ।
ਸੋ ਇਸ ਵਾਸਤੇ ਕਹਿੰਦੇ ਨੇ ਸੀਤਲ ਥੀਵੈ ਨਾਨਕਾ ਜਪਨ ਦਲੋ ਹਰ ਨਾਮ। ਇਹ ਨਾਨਕ ਜੀ ਠੰਡਾ ਕਿਵੇਂ ਹੋਣਾ? ਇੰਦਰ ਜਦੋਂ ਤੂੰ ਨਾਮ ਜਪੇਗਾ, ਪਰਮਾਤਮਾ ਦਾ ਸਿਮਰਨ ਕਰੇਗਾ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਹਾੜ੍ਹ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਦਾ ਆ। ਆਸਾੜ੍ਹ ਤਪੰਦਾ ਤਿਸ ਲੱਗੈ ਹਰ ਨਾਹ ਨਾ ਜਿੰਨਾ ਪਾਸ, ਜਿਨ੍ਹਾਂ ਦੇ ਕੋਲ ਪਰਮਾਤਮਾ ਪਿਆਰਾ ਉਹਨਾਂ ਦਾ ਖਸਮ ਨੇੜੇ ਨਹੀਂ ਹੈ। ਅਤੇ ਦੂਸਰੇ ਕੌਣ ਨੇ? ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਜਿਨ੍ਹਾਂ ਨੇ ਜਗਤ ਨੂੰ ਜੀਵਨ ਦੇਣ ਵਾਲਾ ਪੁਰਖ ਤਾਂ ਤਿਆਗਿਆ ਹੋਇਆ, ਸਾਰਿਆਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ, ਜਿਹੜਾ ਸਾਨੂੰ ਜਗਤ ਦੇ ਜੀਵਾਂ ਨੂੰ ਜੀਵਨ ਦੇਣ ਵਾਲਾ, ਅਤੇ ਬੰਦਿਆਂ ਤੋਂ ਆਸਾਂ ਲਾਈਆਂ ਹੋਈਆਂ ਨੇ, ਉਹਨਾਂ ਬੰਦਿਆਂ ਵਿੱਚ ਹੁਣ ਸਾਰੇ ਹੀ ਆ ਜਾਂਦੇ ਆ। ਕਿਸੇ ਦਾ ਖਾਸ ਕਰਕੇ ਨਾਮ ਲੈਣਾ ਵਾਜਬ ਵੀ ਨਹੀਂ ਹੈ। ਮਨ ਸੰਧੀ ਆਸ ਤੋਂ ਭਾਵ ਕਿ ਜਿਹਨਾਂ ਨੂੰ ਅਸੀਂ ਰੱਬ ਮੰਨੀ ਬੈਠੇ ਹਾਂ, ਕੋਈ ਦੰਭੀ ਪਖੰਡੀ ਕੋਈ ਦੇਹਧਾਰੀ, ਜਿਤਨੇ ਵੀ ਬੰਦੇ ਦਾਅਵੇਦਾਰ ਨੇ ਕਿ ਅਸੀਂ ਵੀ ਤੁਹਾਡੇ ਕਾਰਜ ਸਵਾਰ ਦਿੰਦੇ ਹਾਂ, ਅਸੀਂ ਵੀ ਤੁਹਾਨੂੰ ਜੀਵਨ ਸੌਖਿਆਂ ਕਰ ਦਿੰਦੇ ਹਾਂ, ਕਹਿੰਦੇ ਨੇ ਕਿ ਤਪਦੇ ਕਿਉਂ ਨੇ ਹਾੜ੍ਹ ਦੇ ਮਹੀਨੇ ਵਿੱਚ ਐਸੇ ਮਨੁੱਖ? ਕਿਉਂਕਿ ਉਹਨਾਂ ਨੇ ਜਗਤ ਨੂੰ ਜੀਵਨ ਦੇਣ ਵਾਲੇ ਖਸਮ ਨੂੰ ਪਰਮਾਤਮਾ ਨੂੰ ਤੇ ਭੁਲਾ ਦਿੱਤਾ ਅਤੇ ਬੰਦਿਆਂ ਤੋਂ ਆਸਾਂ ਰੱਖ ਲਈਆਂ। ਗੁਰਦੇਵ ਬਖਸ਼ਿਸ਼ ਕਰਦੇ ਨੇ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਦੁਆ ਭਾਏ ਵਿਗੁਚੀਐ ਗਲ ਪਈ ਸੋ ਜਮ ਕੀ ਫਾਸ। ਇਸ ਦੂਜੇ ਦੇ ਪਿਆਰ ਵਿੱਚ ਪੈ ਕੇ ਨਾ, ਜਿਹੜੇ ਪਹਿਲੀ ਪੰਕਤੀ ਵਿੱਚ ਮਨ ਸੰਧੀ ਆਸ, ਇਹ ਦੂਜੇ ਦੀ ਆਸ, ਜੇ ਐਸੇ ਦੂਜੇ ਦੀ ਪਿਆਸ ਪਿਆਰ ਸਾਡੇ ਅੰਦਰ ਜਾਗ ਪਿਆ, ਦੁਆ ਭਾਏ ਵਿਗੁਚੀਐ, ਫਿਰ ਖੁਆਰ ਹੋਈਦਾ। ਵਗੁੱਚੀਏ ਤੋਂ ਭਾਵ ਖੁਆਰ ਹੋਈਦਾ ਹੈ, ਖੁਆਰੀਆਂ ਪੱਲੇ ਪੈਂਦੀਆਂ। ਦੂਜੇ ਦਾ ਪਿਆਰ ਕਿਉਂ ਲਿਆਂਦਾ ਮਨ 'ਚ? ਕਿਉਂਕਿ ਗੁਰੂ ਤੋਂ ਭਰੋਸਾ ਉੱਠ ਗਿਆ, ਸਾਨੂੰ ਇੰਝ ਲੱਗਾ ਕਿ ਜਿਹੜਾ ਕਾਰਜ ਕੋਈ ਦੂਜਾ ਸਾਡਾ ਸਵਾਰ ਸਕਦਾ, ਗੁਰੂ ਨਹੀਂ ਸਵਾਰ ਸਕਦਾ। ਵਿਸ਼ਵਾਸ ਨਹੀਂ ਹੈ ਤਾਂ ਹੀ ਜਾਂਦੇ ਹਾਂ ਨਾ, ਉਹ ਦੂਜਾ ਕੋਈ ਵੀ ਹੋ ਸਕਦਾ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਕੀ ਹੋਇਆ, ਦੁਆ ਭਾਏ ਵਿਗੁੱਚੀ ਹੈ, ਦੂਜੇ ਦੇ ਪਿਆਰ ਦੇ ਕਾਰਨ ਖੁਆਰ ਹੋਈਦਾ ਆ। ਅਤੇ ਦੂਸਰਾ ਕੀ ਹੁੰਦਾ? ਗੱਲ ਪਈ ਸੋ ਜਮ ਕੀ ਫਾਸ, ਮੌਤ ਦੀ ਫਾਈ, ਜਮਾਂ ਦੀ ਫਾਈ ਹਮੇਸ਼ਾ ਵਾਸਤੇ ਗੱਲ ਵਿੱਚ ਪੈ ਗਈ। ਕਿਉਂਕਿ ਜਦੋਂ ਸਾਡੇ ਮਨ ਦੇ ਵਿੱਚ ਕੋਈ ਵਹਿਮ ਕਿਸੇ ਨੇ ਪਾ ਦਿੱਤਾ ਨਾ, ਵੇਖੋ ਵਹਿਮ ਨੂੰ ਮਨ ਵਿੱਚ ਲਿਆਉਣਾ ਬੜਾ ਸੌਖਾ, ਡਰ ਨੂੰ ਮਨ ਵਿੱਚ ਲਿਆਉਣਾ ਬੜਾ ਸੌਖਾ, ਪਰ ਵਹਿਮ ਨੂੰ ਡਰ ਨੂੰ ਮਨ ਦੇ ਵਿੱਚੋਂ ਕੱਢਣਾ ਬੜਾ ਔਖਾ। ਡਰ ਦੀ ਪੂਜਾ ਜ਼ਿਆਦਾ ਅਸੀਂ ਕਰਦੇ ਹਾਂ, ਸ਼ਰਧਾ ਭਾਵਨਾ ਤਾਂ ਕਿਸੇ ਬਿਰਲੇ ਦੀ ਹੁੰਦੀ ਹੈ, ਜਿਹੜਾ ਕਹੇ ਕਿ ਨਹੀਂ ਮੈਨੂੰ ਕੋਈ ਡਰ ਨਹੀਂ, ਮੈਨੂੰ ਕੋਈ ਵਹਿਮ ਨਹੀਂ, ਮੈਂ ਤਾਂ ਉੱਦਾਂ ਹੀ ਬਸ, ਉਹ ਤਾਂ ਕੋਈ ਬਿਰਲਾ ਹੋ ਸਕਦਾ। ਸਤਿਗੁਰੂ ਕਹਿੰਦੇ ਆ ਕਿ ਸਭ ਇਸ ਕਰਕੇ ਆ ਕਿਉਂਕਿ ਮੌਤ ਦੀ ਫਾਂਸੀ ਫਾਈ ਰੱਸਾ ਗਲ ਦੇ ਵਿੱਚ ਪਿਆ ਹੋਇਆ ਪ੍ਰਤੀਤ ਹੁੰਦਾ ਕਿ ਜੇ ਮੈਂ ਆਹ ਕੰਮ ਨਾ ਕੀਤਾ ਤਾਂ ਰੱਸਾ ਘੁੱਟਿਆ ਜਾਣਾ। ਅਤੇ ਐਸਾ ਰਸਤਾ ਹੀ ਕਿਉਂ ਚੁਣਿਆ, ਹੋਇਆ ਕਿਉਂ ਐਸਾ? ਕਿਉਂਕਿ ਦੂਜੇ ਦਾ ਪਿਆਰ ਮਨ ਵਿੱਚ ਆ ਗਿਆ, ਦੋਇਆ ਭਾਏ ਵਿਗੁੱਚੀ ਐ ਗਲ ਪਈ ਸੁਜਮ ਕੀ ਫਾਸ, ਜਿਹਾ ਬੀਜੈ ਸੋ ਲਾਉਣਾ। ਹੁਣ ਪਨੀਰੀ ਸਾਰਿਆਂ ਨੇ ਬੀਜੀ ਹੋਣੀ ਆ, ਝੋਨਾ ਲਾਉਣਾ ਨਾ ਆਪਾਂ, ਅਤੇ ਜਿਹੜਾ ਜਿਹੜਾ ਬੀਜ ਬੀਜਿਆ, ਜਿਹੜਾ ਨੰਬਰ ਪਾਇਆ, ਆਪਾਂ ਜਦੋਂ ਪਨੀਰੀ ਝੋਨਾ ਲਾਉਣਾ ਆ ਤਾਂ ਫਲ ਵੀ ਤਾਂ ਉਹ ਪ੍ਰਾਪਤ ਹੋਵੇਗਾ ਨਾ। ਹੁਣ ਅਸੀਂ ਪੂਰੀ ਗਰੰਟੀ ਨਾਲ ਕਿਸੇ ਕੋਲੋਂ ਬੀਜ ਲਿਆ ਹੋਵੇ ਅਤੇ ਅਗਲੇ ਪਾਸੇ ਫਲ ਕੋਈ ਹੋਰ ਪ੍ਰਾਪਤ ਹੋ ਜਾਵੇ, ਤਾਂ ਇਹ ਗੱਲ ਸਾਡੀ
ਜਿੱਦਾਂ ਕਹਿ ਲਓ ਕਿ ਅਨੁਕੂਲ ਨਹੀਂ ਹੁੰਦੀ, ਸਾਡੇ ਅਨੁਸਾਰ ਨਹੀਂ ਨਾ ਹੁੰਦੀ। ਅਤੇ ਜੇ ਅਸੀਂ ਬੀਜ ਕੇ ਸਾਨੂੰ ਪਤਾ ਵੀ ਹੈ, ਸਾਨੂੰ ਫਲ ਵੀ ਉਹ ਪ੍ਰਾਪਤ ਹੋਇਆ, ਤਾਂ ਅਸੀਂ ਜਾ ਕੇ ਉਲਾਮਾ ਦੇਈਏ ਜਿਹਦੇ ਕੋਲੋਂ ਬੀਜ ਲੈ ਕੇ ਆਏ ਹਾਂ ਕਿ ਅਸੀਂ ਸਾਨੂੰ ਤਾਂ ਆਹ ਫਲ ਮਿਲਣਾ ਚਾਹੀਦਾ ਸੀ, ਅਤੇ ਅਗਲੇ ਨੇ ਵੀ ਡੈਰੀ 'ਤੇ ਚਾੜਿਆ ਹੋਵੇ ਕਿ ਤੂੰ ਮੇਰੇ ਕੋਲ ਬੀਜ ਇਹੋ ਲੈ ਕੇ ਗਿਆ। ਹੁਣ ਗੁਰੂ ਜਿਹੜਾ ਹੈ ਨਾ ਪਰਮਾਤਮਾ, ਇਹ ਅੰਤਰਜਾਮੀ ਵੀ ਹੈ ਅਤੇ ਇਹਨੂੰ ਚੇਤਾ ਵੀ ਨਹੀਂ ਭੁੱਲਦਾ। ਗੁਰੂ ਕੋਈ ਸਾਡੇ ਵਰਗਾ ਥੋੜ੍ਹੀ ਜਿਹਾ ਭੁੱਲ ਜੂਗਾ, ਜੰਜ ਨੂੰ ਕੋਈ ਭੁਲੇਖਾ ਪਾ ਲਊ ਰੌਲਾ ਗੌਲਾ ਪਾ ਕੇ, ਨਹੀਂ ਤੂੰ ਮੈਨੂੰ ਬੀਜ ਗਲਤ ਦੇਤਾ ਸੀ। ਇੱਥੇ ਜੋ ਬੀਜੇਗਾ ਨਾ ਉਹੀ ਤੈਨੂੰ ਲੁਣੈ ਤੋਂ ਭਾਵ ਵੱਢਣਾ ਪੈਣਾ। ਜਿਵੇਂ ਤੂੰ ਫਸਲ ਜਿਹੜੀ ਬੀਜਦਾ ਉਹੀ ਤੈਨੂੰ ਫਲ ਪ੍ਰਾਪਤ ਹੁੰਦਾ। ਇਹ ਸਰੀਰ ਰੂਪੀ ਖੇਤ ਦੇ ਵਿੱਚ ਜੋ ਕਰਮ ਰੂਪੀ ਬੀਜ ਤੂੰ ਪਾਵੇਂਗਾ ਤਾਂ ਫਲ ਵੀ ਤੈਨੂੰ ਉਹੀ ਪ੍ਰਾਪਤ ਹੋਵੇਗਾ, ਵੱਢਣਾ ਵੀ ਤੈਨੂੰ ਉਹੀ ਪਵੇਗਾ। ਉਹ ਤੈਨੂੰ ਨਹੀਂ ਮਿਲੇਗਾ ਜੋ ਤੂੰ ਬੀਜਿਆ ਹੀ ਨਹੀਂ ਹੈ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਿਹਾ ਬੀਜਾ ਸੋ ਲੋਣਾ ਮੱਥੇ ਜੋ ਲਿਖਿਆਸ। ਕਿਉਂਕਿ ਜਿਸ ਦਿਨ ਤੂੰ ਬੀਜ ਪਾਉਣ ਲੱਗਾ ਸੀ ਨਾ, ਉਦਣ ਤੂੰ ਗੁਰੂ ਕੋਲੋਂ ਰੱਬ ਕੋਲੋਂ ਆਪਣੇ ਮੱਥੇ ਉੱਤੇ ਲਿਖਾ ਲਿਆ ਸੀ ਕਿ ਮੈਂ ਆਹ ਬੀਜ ਪਾਉਣ ਲੱਗਾ ਅਤੇ ਮੈਨੂੰ ਹੁਣ ਇਹੀ ਫਲ ਪ੍ਰਾਪਤ ਹੋਵੇਗਾ, ਦੂਸਰਾ ਕਿਵੇਂ ਪ੍ਰਾਪਤ ਹੋ ਜਾਵੇ। ਅਤੇ ਕਹਿੰਦੇ ਨੇ ਕਿ ਇੱਦਾਂ ਕਰਦਿਆਂ ਕਰਦਿਆਂ ਪਤਾ ਕੀ ਹੋਇਆ, ਥੋੜ੍ਹਾ ਸਮਾਂ ਖਰਾਬ ਨਹੀਂ ਹੋਇਆ। ਰਹਿਣ ਵਿਹਾਣੀ ਪਛਤਾਣੀ, ਰਹਿਣ ਕਹਿੰਦੇ ਆ ਜ਼ਿੰਦਗੀ ਰੁਪੀ ਰਾਤ ਨੂੰ ਜਿਹੜੀ ਆਪਾਂ ਸਾਰੀ ਬਤੀਤ ਕਰ ਰਹੇ ਹਾਂ, ਕਿਸੇ ਦੀ 40 ਸਾਲ 50 ਸਾਲ, ਕਿਸੇ ਦੀ 10-20 ਸਾਲ, ਕੋਈ ਵੱਧ ਘੱਟ ਰਾਤ ਬਤੀਤ ਕਰ ਚੁੱਕਾ ਅਤੇ ਅਖੀਰ ਇਹ ਰਾਤ ਹੋਣੀ ਆ ਸਮਾਪਤ। ਕਿਉਂਕਿ ਇੱਕ ਇੱਕ ਪਲ ਕਰਕੇ ਸਾਡਾ ਦਿਨ ਅਤੇ ਰਾਤ ਬਤੀਤ ਹੋ ਰਿਹਾ, ਇਸੇ ਤਰ੍ਹਾਂ ਮਹੀਨੇ ਬਤੀਤ ਹੋ ਰਿਹਾ, ਸਾਲ ਬਤੀਤ ਹੋ ਰਿਹਾ ਅਤੇ ਕਈ ਸਾਲ ਬਤੀਤ ਹੋ ਚੁੱਕੇ ਆ। ਰਹਿਣ ਵਿਹਾਣੀ, ਰਾਤ ਤਾਂ ਸਾਰਿਆਂ ਦੀ ਬਤੀਤ ਹੋ ਰਹੀ ਹੈ, ਜਿਹੜੇ ਜੁੜ ਕੇ ਚੱਲਦੇ ਆ ਰੱਬ ਨਾਲ ਗੁਰੂ ਨਾਲ ਉਹਨਾਂ ਦੀ ਵੀ ਬਤੀਤ ਹੋ ਰਹੀ ਹੈ, ਅਤੇ ਜਿਹੜੇ ਵਲਸਲ ਕਰਕੇ ਗੁਰੂ ਨਾਲ ਟੁੱਟ ਕੇ ਰੱਬ ਨਾਲ ਟੁੱਟ ਕੇ ਚੱਲਦੇ ਰਾਤ ਦੇ ਉਹਨਾਂ ਦੀ ਵੀ ਬਤੀਤ ਹੋ ਰਹੀ ਹੈ। ਪਰ ਇੱਕ ਸੁਰਖਰੂ ਹੋ ਕੇ ਜਾਂਦੇ ਆ, ਪਰ ਜਿਹੜੇ ਟੁੱਟੇ ਹੋਏ ਆ, ਜਿਹਨਾਂ ਨੂੰ ਹਾੜ ਤਪਦਾ ਲੱਗਦਾ, ਕਹਿਣ ਤੋਂ ਭਾਵ ਕਿ ਅੰਦਰ ਹਾੜ ਜਿਹਨਾਂ ਦਾ ਬਣਿਆ ਹੋਇਆ ਆ, ਕਹਿੰਦੇ ਨੇ ਕਿ ਰਹਿਣ ਵਿਹਾਣੀ ਪਛਤਾਣੀ, ਜਦੋਂ ਜ਼ਿੰਦਗੀ ਰੂਪੀ ਰਾਤ ਬਤੀਤ ਹੋਵੇਗੀ ਪਛਤਾਵਾ ਪੱਲੇ ਹੋਵੇਗਾ ਕਿ ਅਸੀਂ ਖੱਟਿਆ ਗਏ। ਸਤਿਗੁਰੂ ਬਖਸ਼ੀ ਕਰਦੇ ਨੇ, ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼। ਅਤੇ ਇਹ ਆਤਮਾ ਇਹ ਜਿੰਦ ਇੱਥੋਂ ਉੱਠ ਕੇ ਤੁਰ ਗਈ, ਅਤੇ ਗਈ ਕਿਵੇਂ, ਨਿਰਾਸ਼ ਹੋ ਕੇ। ਜਿਵੇਂ ਅਸੀਂ ਬਹੁਤ ਸਾਰੀ ਆਸ ਕਿਤੇ ਲੈ ਕੇ ਗਏ ਹੋਈਏ ਅਤੇ ਸਾਡਾ ਰੱਤੀ ਭਰ ਵੀ ਕੋਈ ਸਵਾਰਥ ਨਾ ਹੋਵੇ, ਸਾਡੀ ਆਸ ਪੂਰੀ ਨਾ ਹੋਵੇ, ਅਤੇ ਉੱਥੋਂ ਅਸੀਂ ਨਿਰਾਸ਼ ਹੋ ਕੇ ਤੁਰਦੇ ਹਾਂ ਨਾ, ਇਸੇ ਤਰ੍ਹਾਂ ਜਿਹੜੇ ਜਗਤ ਵਿੱਚ ਅਸੀਂ ਸਵਾਸਾਂ ਰੂਪੀ ਪੂੰਜੀ ਨੂੰ ਲੈ ਕੇ, ਸਰੀਰ ਰੂਪੀ ਪਦਾਰਥ ਨੂੰ ਪ੍ਰਾਪਤ ਕਰਕੇ, ਜਿਹੜੇ ਜਗਤ ਵਿੱਚ ਬਹੁਤ ਕੁਝ ਖੱਟਣ ਵਾਸਤੇ ਆਏ ਸੀ, ਉਸ ਜਗਤ ਦੇ ਵਿੱਚੋਂ ਅਸੀਂ ਹੁਣ ਖਾਲੀ ਹੱਥ ਚੱਲੇ ਹਾਂ, ਅਤੇ ਜਦੋਂ ਜਾਵਾਂਗੇ ਉਦੋਂ ਨਿਰਾਸ਼ਾ ਤੋਂ ਇਲਾਵਾ ਸਾਡੇ ਪੱਲੇ ਕੁਛ ਨਹੀਂ ਹੋਵੇਗਾ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼, ਜਿਨ ਕਉ ਸਾਧੂ ਭੇਟੀ ਹੈ। ਹੁਣ ਆਈਏ ਉਹਨਾਂ ਵੱਲ ਜਿਨ੍ਹਾਂ ਨੂੰ ਗੁਰੂ ਮਿਲ ਪਿਆ, ਸਾਧੂ ਤੋਂ ਭਾਵ ਗੁਰੂ, ਭੇਟੀ ਹੈ ਤੋਂ ਭਾਵ ਮਿਲਿਆ, ਜਿਨ੍ਹਾਂ ਨੂੰ ਉਹਨਾਂ ਦੇ ਜੀਵਨ ਵਿੱਚ ਗੁਰੂ ਮਿਲ ਪਿਆ।
ਗੁਰਦੇਵ ਬਖਸ਼ਿਸ਼ ਕਰਦੇ ਨੇ, ਜਿਨ ਕਉ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਉਹਨਾਂ ਦੀ ਦਰਗਾਹ ਦੇ ਵਿੱਚ ਖਲਾਸੀ ਹੁੰਦੀ ਹੈ, ਉਹਨਾਂ ਨੂੰ ਓਏ ਆਖ ਕੇ ਨਹੀਂ ਬੁਲਾਇਆ ਜਾਂਦਾ, ਉਹਨਾਂ ਦਾ ਗਿਆਨ ਦਾ ਆਦਰ ਹੁੰਦਾ ਆ, ਉਹ ਦਰਗਾਹ ਵਿੱਚ ਸੁਰਖਰੂ ਹੋ ਕੇ ਜਾਂਦੇ ਆ। ਜਦੋਂ ਉਹ ਸਤਿਗੁਰਾਂ ਦਾ ਦਰਬਾਰ ਨਿਕਲਣ ਲੱਗਦੇ ਆ, ਡਰ ਦੇ ਨਾਲ ਉਹਨਾਂ ਦੇ ਚਿਹਰੇ ਦੀਆਂ ਹਵਾਈਆਂ ਨਹੀਂ ਉੱਡੀਆਂ ਹੁੰਦੀਆਂ, ਉਹ ਬੜੇ ਫਖਰ ਦੇ ਨਾਲ ਲਾਲ ਸੁਰਖ ਚਿਹਰਾ ਲੈ ਕੇ ਰੱਬੀ ਦਰਬਾਰ ਵਿੱਚ ਦਾਖਲ ਹੁੰਦੇ ਆ, ਕਿਉਂਕਿ ਉਹਨਾਂ ਦੇ ਅੰਦਰ ਚੋਰ ਕੋਈ ਨਹੀਂ ਹੁੰਦਾ। ਬਾਕੀ ਉਹਨਾਂ ਦੇ ਕੋਲ ਨਾਮ ਦਾ ਧਨ ਹੁੰਦਾ ਆ, ਬਹੁਤ ਕੁਝ ਖੱਟ ਕੇ ਗਏ ਹੁੰਦੇ ਆ, ਪਰ ਕੌਣ ਜਿਨ ਕਉ ਸਾਧੂ ਭੇਟੀ ਆ, ਜਿਨ੍ਹਾਂ ਨੂੰ ਉਹਨਾਂ ਦੇ ਜੀਵਨ ਵਿੱਚ ਗੁਰੂ ਸਾਧੂ ਮਿਲ ਪਿਆ, ਮਿਲਾਪ ਹੋ ਗਿਆ। ਜਿਨ ਕਉ ਸਾਧੂ ਭੇਟੀ ਹੈ ਸੋ ਦਰਗਹਿ ਹੋਏ ਖਲਾਸ, ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਅਰਦਾਸ ਕਰੀਏ ਗੁਰੂ ਦੇ ਚਰਨਾਂ ਦੇ ਵਿੱਚ ਕਿ ਮੇਰੇ ਮਾਲਕ ਆਪਣੀ ਕਿਰਪਾ ਕਰ ਅਤੇ ਸਾਡੇ ਮਨ ਦੇ ਵਿੱਚ ਤੇਰੇ ਦਰਸ਼ਨਾਂ ਦੀ ਕਿਤੇ ਪਿਆਸ ਜਾਗ ਪਵੇ। ਜਿਸ ਦਿਨ ਸਾਡੇ ਮਨ ਵਿੱਚ ਗੁਰੂ ਦੇ ਦਰਸ਼ਨਾਂ ਦੀ ਪਿਆਸ ਜਾਗੀ ਨਾ, ਅਤੇ ਜਿਵੇਂ ਅਸੀਂ ਪਾਣੀ ਦੀ ਘੁੱਟ ਨੂੰ ਤਰਸਦੇ ਹਾਂ ਨਾ, ਪਿਆਸ ਲੱਗੀ ਹੋਵੇ ਤਾਂ ਕੀ ਖਾਂਦੇ? ਰੋਟੀ ਥੋੜ੍ਹਾ ਖਾਂਦੇ, ਆਈਸਕ੍ਰੀਮਾਂ ਖਾਂਦੇ ਹਾਂ, ਫਾਸਟ ਫੂਡ ਖਾਂਦੇ ਹਾਂ। ਪਿਆਸ ਲੱਗੀ ਹੋਵੇ ਤਾਂ ਕਿਹੜੀ ਚੀਜ਼ ਅੱਡਾ ਹੁੰਦੇ ਆ? ਪਾਣੀ ਵੱਲ। ਅਤੇ ਜਿਸ ਦਿਨ ਸਾਡੇ ਮਨ ਦੇ ਵਿੱਚ ਗੁਰੂ ਦੇ ਦਰਸ਼ਨਾਂ ਦੀ ਪਿਆਸ ਲੱਗੀ ਨਾ, ਨਾ ਇਹ ਪਿਆਸ ਕਿਤੇ ਦੰਭੀ ਕੋ ਪਖੰਡੀ ਕੋ ਜਾ ਕੇ ਬੁਝਣੀ ਹੈ, ਨਾ ਇਹ ਪਿਆਸ ਕੁਛ ਵੀ ਕਰ ਲਓ ਰੱਬ ਦੇ ਨਾਂ ਦੇ ਉੱਤੇ ਕਿਸੇ ਵੀ ਕਰਮ ਕਾਂਡ ਦੇ ਨਾਲ ਬੁਝਣੀ ਹੈ। ਇਹ ਪਿਆਸ ਉਦੋਂ ਹੀ ਬੁਝਣੀ ਹੈ ਜਦੋਂ ਅਸੀਂ ਗੁਰੂ ਰੂਪ ਸਾਗਰ ਦੇ ਕੋਲ, ਸਰੋਵਰ ਦੇ ਕੋਲ ਆਵਾਂਗੇ। ਸਤਿਗੁਰੂ ਕਹਿੰਦੇ ਆ ਕਿ ਉਦੋਂ ਕਿਰਪਾ ਹੋਣੀ ਹੈ ਜਦੋਂ ਦਰਸ਼ਨਾਂ ਦੀ ਪਿਆਸ ਜਾਗੀ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨਾਂ ਦੀ ਪਿਆਸ ਮੈਨੂੰ ਲੱਗ ਜਾਵੇ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਕਿਤੇ ਆ ਭਰੋਸੇ ਨਾਲ ਅਸੀਂ ਕਹਿ ਸਕੀਏ ਕਿ ਮਾਲਕ ਵਾਕਿਆ ਹੀ ਸਾਡਾ ਨਾ ਤੇਰੇ ਤੋਂ ਬਗੈਰ ਹੋਰ ਕੋਈ ਨਹੀਂ ਹੈ। ਅਤੇ ਜਿਸ ਦਿਨ ਅਸੀਂ ਇਹ ਕਹਿ ਦਿੱਤਾ ਨਾ ਕਿ ਵਾਕਿਆ ਕੋਈ ਨਹੀਂ ਹੈ, ਉਸ ਦਿਨ ਅਸਲ ਅਰਦਾਸ ਗੁਰੂ ਦੇ ਚਰਨਾਂ 'ਚ ਆਉਂਦੀ ਹੈ। ਕਰਦੇ ਕਰਵਾਉਂਦੇ ਤਾਂ ਉੱਦਾਂ ਵੀ ਆਪਾਂ, ਪਰ ਜਿਸ ਦਿਨ ਕਿਹਾ ਨਾ ਕਿ ਮਾਲਕ ਤੁਹਾਡੇ ਅੱਗੇ ਹੀ ਹੈ ਸਿਰਫ ਅਰਦਾਸ, ਹੋਰ ਕਿਸੇ ਅੱਗੇ ਨਹੀਂ, ਇਹਦੇ ਤੋਂ ਬਾਅਦ ਅਸੀਂ ਹੋਰ ਕਿਤੇ ਜਾ ਕੇ ਅਰਦਾਸ ਨਹੀਂ ਕਰਾਂਗੇ, ਜਾਂ ਅਸੀਂ ਇਹਦੇ ਤੋਂ ਪਹਿਲਾਂ ਹੋਰ ਕਿਤੇ ਨਹੀਂ ਗਏ। ਅਤੇ ਬਹੁਤਿਆਂ ਦਾ ਤਾਂ ਮੇਜ਼ਬਾਨਾ ਹੀ ਕੋਈ ਨਹੀਂ ਹੈਗਾ, ਹਾਰਤਾਂ 'ਤੇ ਕਰਾਈ ਜਾਣੀ, ਕਿਤੋਂ ਦੇ ਪੂਰੀ ਹੋਊਗੀ ਨਾ। ਅਤੇ ਕਈ ਵਾਰ ਐਸਾ ਹੁੰਦਾ ਕਿ ਕਿਤੇ ਉਮਣੀ ਹੁੰਦੀ। ਅਤੇ ਜੇ ਅਸੀਂ ਮਾਲਕ ਦੇ ਅੱਗੇ ਆ ਕੇ ਕਹਿ ਦਈਏ, ਕਿਉਂਕਿ ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਉੱਪਰ ਸਾਡੇ ਵਾਸਤੇ ਕੁਛ ਨਹੀਂ ਹੈਗਾ। ਸਭ ਤੋਂ ਜੇ ਅੱਜ ਯੂਨੀਵਰਸਲ ਸੱਚ ਹੈ ਜਿਹੜਾ, ਦੁਨਿਆਵੀ ਸੱਚ, ਵਿਆਪਕ ਸੱਚ, ਉਹ ਇਹ ਹੈ ਕਿ ਦੁਨੀਆਂ ਦੀਆਂ ਤਾਕਤਾਂ ਨੇ ਮੰਨ ਲਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਉੱਪਰ ਦਾ ਗਿਆਨ ਕੋਈ ਨਹੀਂ। ਦੁਨੀਆਂ ਦੀਆਂ ਵੱਡੀਆਂ ਵੱਡੀਆਂ ਸ਼ਕਤੀਆਂ ਨੇ, ਤਾਕਤਾਂ ਨੇ ਮੰਨ ਲਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਐਸਾ ਕੋਈ ਦੁਨੀਆਂ ਦਾ ਸਵਾਲ ਨਹੀਂ ਜਿਹਦਾ ਜਵਾਬ ਨਾ ਹੋਵੇ। ਅਤੇ ਸਾਇੰਸ ਇਹ ਮੰਨੀ ਬੈਠੀ ਹੈ ਕਿ ਇੱਕ ਵੀ ਵਿਚਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਐਸੀ ਨਹੀਂ ਜਿਹਨੂੰ ਸਾਇੰਸ ਦੇ ਆਧਾਰ 'ਤੇ ਕੱਟਿਆ ਜਾ ਸਕੇ। ਅਤੇ ਯੂਨੀਵਰਸਲ ਤਰੁੱਠ ਕੀ ਹੈ? ਤਰੁੱਠ ਕੀ ਹੈ? ਸੱਚ ਕੀ ਹੈ? ਸਰਵ ਵਿਆਪਕ ਸੱਚ ਕੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ। ਅਤੇ ਜੇ ਅਸੀਂ ਇੱਥੇ ਭਰੋਸਾ ਨਹੀਂ ਜਿਤਾ ਸਕਦੇ ਤਾਂ ਸੱਚ ਜਾਣਿਓ ਸਾਡਾ ਕਿਤੇ ਵੀ ਨਹੀਂ ਬਣਨਾ।
ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਇਹ ਅਸੀਂ ਹੁਣ ਮਨੋਂ ਕਹਿੰਦੇ ਹਾਂ, ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਆ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਕਿ ਪਰਮਾਤਮਾ ਸਾਡੇ ਵਾਸਤੇ ਤੁਹਾਡੇ ਤੋਂ ਬਗੈਰ ਦੂਜਾ ਹੋਰ ਕੋਈ ਨਹੀਂ ਹੈ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਅਤੇ ਨਾਨਕ ਦੀ ਤਾਂ ਹੁਣ ਸਿਰਫ ਤੁਹਾਡੇ ਅੱਗੇ ਅਰਦਾਸ ਹੈ। ਫਿਰ ਅੱਗੇ ਬਖਸ਼ਿਸ਼ ਕਰਦੇ ਨੇ, ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਇਹ ਮੇਰੇ ਮਾਲਕ ਜੀ, ਹਾੜ ਦਾ ਮਹੀਨਾ ਉਹਨਾਂ ਵਾਸਤੇ ਸੁਹਾਵਣਾ ਆ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਤੁਹਾਡੇ ਚਰਨ ਨਿਵਾਸ ਕਰਦੇ ਆ। ਕਿਉਂਕਿ ਆਪਾਂ ਜ਼ਿਕਰ ਆਰੰਭ ਕੀਤਾ ਸੀ ਕਿ ਹਾੜ ਬਾਹਰਲਾ ਵੀ ਹੈ ਅਤੇ ਅੰਦਰਲਾ ਵੀ ਹੈ। ਹੁਣ ਬਾਹਰਲਾ ਤਾਂ ਬਦਲ ਜਾਵੇਗਾ, ਅੰਦਰਲਾ ਕੌਣ ਬਦਲੇਗਾ? ਅੰਦਰਲਾ ਹਾੜ ਉਹ ਬਦਲੇਗਾ ਜਿਹਦੇ ਚਰਨ ਨਿਵਾਸ ਕਰਨ ਦੇ ਨਾਲ ਸਾਡਾ ਤਨ ਮਨ ਸ਼ੀਤਲ ਹੋ ਜਾਣ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਇਹ ਅੱਜ ਦੇ ਪਾਵਨ ਪਵਿੱਤਰ ਮਹੀਨੇ ਦੀ ਵਿਚਾਰ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਆਓ ਗੁਰੂ ਸਵਾਰਿਓ, ਇਸ ਮਹੀਨੇ ਦੇ ਉਪਦੇਸ਼ ਦੇ ਵਿੱਚੋਂ ਜੋ ਸ਼ਬਦ ਬਖਸ਼ਿਸ਼ ਹੋਏ ਆ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਗੁਰਦੇਵ ਬਖਸ਼ਿਸ਼ ਕਰਦੇ ਨੇ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ। ਇਹ ਸਤਿਗੁਰੂ ਦੀ ਉਹ ਤਸਵੀਰ ਹੈ ਜਿਹਦੇ ਪਰਤਾਏ ਅਸੀਂ ਸ਼ਬਦ ਵਿੱਚੋਂ ਵੀ ਸਮਝਣ ਦਾ ਯਤਨ ਕੀਤਾ। ਪਰਮਾਤਮਾ ਦੇ ਚਰਨ ਕੀ ਨੇ? ਗੁਰੂ ਦਾ ਸ਼ਬਦ। ਪਰਮਾਤਮਾ ਦੀ, ਗੁਰੂ ਦੀ ਤਸਵੀਰ ਕੀ ਹੈ? ਗੁਰੂ ਦਾ ਸ਼ਬਦ। ਇਸ ਵਾਸਤੇ ਗੁਰੂ ਦੇ ਸ਼ਬਦ ਦੇ ਰੂਪ ਵਿੱਚ ਹੀ ਸਾਡੇ ਅੰਦਰ ਗੁਰੂ ਦੀ ਤਸਵੀਰ ਵਸਣੀ ਹੈ। ਗੁਰੂ ਦੇ ਸ਼ਬਦ ਦੇ ਰੂਪ ਦੇ ਵਿੱਚ ਹੀ ਗੁਰੂ ਦੇ ਚਰਨ ਸਾਡੇ ਹਿਰਦੇ ਵਿੱਚ ਵਸਣੇ ਆ। ਸੋ ਸਤਿਗੁਰੂ ਪਾਤਸ਼ਾਹ ਰਹਿਮ ਕਰਨ, ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗਾ ਜੀ ਬਖਸ਼ ਲੈਣਾ, ਆਈ ਹੋਈ ਸੰਗਤ ਦਾ ਕਦਮ ਕਦਮ ਸਤਿਗੁਰੂ ਪਾਤਸ਼ਾਹ ਲੈ ਕੇ ਵਿਚਲਾਉਣ, ਆਪਣੇ ਦਰੋਂ ਕਰੋਂ ਗੁਰਸਿੱਖੀ, ਨਾਮਦਾਨ ਦੀ ਦਾਤ ਬਖਸ਼ਿਸ਼ ਕਰਨ ਜੀ। ਬਾਣੀ ਅਤੇ ਬਾਣੀ ਦੇ ਨਾਲ ਪਿਆਰ ਬਣਿਆ ਰਹੇ ਤਾਂ ਹੀ ਸਾਡੇ ਲੋਕ ਸੁਖੀਏ, ਪਰ ਲੋਕ ਸੇਲੇ ਹੋ ਸਕਦੇ। ਇੱਕ ਅਰਦਾਸ ਜੋ ਵਿਚਾਰ ਦੀ ਸਮਾਪਤੀ ਤੋਂ ਬਾਅਦ ਸ਼ੁਰੂ ਕੀਤੀ ਹੈ, ਵੈਸੇ ਤਾਂ ਅਰਦਾਸ ਦੁਆਰਾ ਵੀ ਹੁੰਦੀ ਹੈ ਜਦੋਂ ਆਪਾਂ ਸਮਾਪਤੀ ਕਰਦੇ ਹਾਂ, ਪਰ ਸੰਗਤੀ ਰੂਪ ਦੇ ਵਿੱਚ ਆਓ ਸਾਰੇ ਮਿਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ, ਜਿਹਦੇ ਵਿੱਚ ਸਾਡਾ ਵੀ ਭਲਾ ਛੁਪਿਆ ਹੋਇਆ ਆ। ਕਿਉਂਕਿ ਜਦੋਂ ਅਸੀਂ ਇੱਥੇ ਸਾਰੇ ਬੈਠੇ ਹੋਏ ਇੱਕ ਦੂਜੇ ਦਾ ਭਲਾ ਮੰਗਾਂਗੇ, ਅਸੀਂ ਕਿਸੇ ਦਾ ਮੰਗਦੇ ਹਾਂ ਭਲਾ, ਕੋਈ ਜਦੋਂ ਮੰਗਦਾ ਉਹਦੇ ਵਿੱਚ ਸਾਡਾ ਭਲਾ ਆ ਜਾਂਦਾ। ਸੋ ਆਓ ਸਾਰੀ ਸੰਸਾਰ ਦਿਓ ਕਹੋ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।